ਮੈਡਮ ਪੈਸਾ ਨਾ ਜੀ ਬਿਜਲੀ ਬੋਰਡ ਚ ਹੈਗੇ ਆ ਡੇਢ ਮਹੀਨਾ ਹੋ ਗਿਆ ਕਲਾਸ ਨਹੀਂ ਲੱਗੀ ਕੋਈ ਵੱਡੀ ਗੱਲ ਨਹੀਂ ਡੇਢ ਮਹੀਨਾ ਹੋ ਗਿਆ ਟੀਚਰ ਨੂੰ ਛੋਟੇ ਕਲਾਸ ਨੂੰ ਕੁਛ ਨਹੀਂ ਤੁਸੀਂ ਅੱਜ ਬਹੁਤ ਜ਼ਿਆਦਾ ਖਰਾਬ ਹੋ ਰਹੇ ਹੋ ਪਰ ਮੈਂ ਮੈਡਮ ਪੈਸਾ ਨਾ ਜੀ ਤੁਸੀਂ ਅਲੱਗ ਕਰੋ ਨਾ ਕਿੱਥੇ ਜਾ ਕੇ ਡੇਢ ਮਹੀਨੇ ਦਾ ਧਰਨੇ ਤੋਂ ਬੈਠੇ ਨੇ ਨਹੀਂ ਉਹਨਾਂ ਦੀ ਤਾਂ ਛੱਤ ਤੇ ਵੀ ਬਹਿ ਗਏ ਮੇਰੇ ਪਾਪਾ ਵੀ ਬਿਜਲੀ ਬੋਰਡ ਚ ਹੈਗੇ ਆ ਡੇਢ ਮਹੀਨਾ ਹੋ ਗਿਆ ਕਲਾਸ ਨਹੀਂ ਲੱਗੀ ਕੋਈ ਵੱਡੀ ਗੱਲ ਨਹੀਂ ਡੇਢ ਮਹੀਨਾ ਹੋ ਗਿਆ ਕਲਾਸ ਨਹੀਂ ਕਿ ਤੁਸੀਂ ਅੱਜ ਬਹੁਤ ਜ਼ਿਆਦਾ ਖਰਾਬ ਹੋ ਰਹੇ ਹੋ ਪਰ ਮੈਡਮ ਪੈਸਾ ਨਾ ਜੀ ਤੁਸੀਂ ਅਲੱਗ ਕਰੋ ਨਾ ਕਿੱਥੇ ਜਾ ਕੇ ਡੇਢ ਮਹੀਨੇ ਦਾ ਧਰਨੇ ਤੋਂ ਬੈਠੇ ਨੇ ਉਹਨਾਂ ਦੀ ਤਾਂ ਛੱਤ ਤੇ ਵੀ ਬਹਿ ਗਏ ਮੇਰੇ ਪਾਪਾ ਵੀ ਬਿਜਲੀ ਬੋਰਡ ਚ ਹੈਗੇ ਆ ਡੇਢ ਮਹੀਨਾ ਹੋ ਗਿਆ ਕਲਾਸ ਨਹੀਂ ਲੱਗੀ ਕੋਈ ਵੱਡੀ ਗੱਲ ਨਹੀਂ ਡੇਢ ਮਹੀਨਾ ਹੋ ਗਿਆ ਛੋਟੇ ਕਲਾਸ ਤੁਸੀਂ ਅੱਜ ਬਹੁਤ ਜ਼ਿਆਦਾ ਖਰਾਬ ਹੋ ਰਹੇ ਹੋ ਪਰ ਮੈਂ